ਰਿੰਗ ਜਾਂ ਤੁਹਾਨੂੰ ਦਾ ਪਤਾ ਕਿਹਾ ਸੀ ਇੱਕ ਡੈੱਡ ਬੋਡੀ ਹਰਬੰਸਰ ਸਿੰਘ ਹੋਮ ਕੋਟੀ ਸਿੱਖਾਂ ਵਿਖੇ ਪਹੁੰਚੀ ਹੈ, ਜੋ ਜੋਬਨਜੀਤ ਸਿੰਘ ਪੱਟੀ ਦੇ ਨੇੜੇ ਦੇ ਰਹਿਣ ਵਾਲੇ ਦੀ। ਇਹਦੇ ਉੱਤੇ ਕੁਝ ਗੋਲੀਆਂ ਦੇ ਦਿਵਸਾਂ, ਇਹਦੇ ਨਾਲ ਦਾ ਇੱਕ ਹੋਰ ਜ਼ਖਮੀ ਜਿਹੜਾ ਉਹ ਡੀ ਐਮ ਸੀ ਜਿਹੜਾ ਪਰਚੇਸ ਗਿਆ ਉਹਨੂੰ ਡੀ ਐਮ ਸੀ ਦੇ ਵਿੱਚ ਭੇਜ ਦਿੱਤਾ। ਬਾਕੀ ਜਿਹੜੀ ਡਿਟੇਲ ਆ ਉਹਨਾਂ ਦਾ ਬਿਆਨ ਵਗੈਰਾ ਲਿਖ ਕੇ ਅਜੇ ਤੱਕ ਬਹੁਤ ਕਲੀਅਰ ਨਹੀਂ ਹੋਇਆ ਜ਼ਿਆਦਾ। ਅਤੇ ਵੈਸੇ ਲੁਧਿਆਣਾ ਮੋਗਾ ਰਿਪੋਰਟ ਦੀ ਆ ਜ਼ਖਮੀ ਜੋ ਸੀਗਾ ਉਹ ਹੋਸ਼ ਹੋ ਸੀਗਾ, ਕੁਝ ਦੱਸਿਆ ਉਹਨਾਂ ਨੇ? ਨਹੀਂ, ਮੈਂ ਨਹੀਂ ਉਹਨੂੰ ਮਿਲਿਆ, ਉਹਨੂੰ ਡਰਾਫਟ ਕਰ ਦਿੱਤਾ ਗਿਆ।